ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਨਿੱਕੀ ਅਤੇ ਵੱਡੀ ਖਬਰ ਮੈਸਣਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਆਂ ਅਗਨੀ ਪਾਥ ਸਕੀਮ ਪੰਜਾਬ 'ਚ ਹੋਵੇਗੀ ਰੱਦ ਇਸ ਪੰਜਾਬ ਸਰਕਾਰ ਨੇ ਫੌਜ ਨੂੰ ਚਿੱਠੀ ਲਿਖ ਕੇ ਕਿਹਾ ਪੰਜਾਬ ਦੇ ਵਿੱਚ ਅਗਨੀ ਪਾਥ ਸਕੀਮ ਰੱਦ ਹੋ ਸਕਦੀ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਅਗਨੀ ਪਾਥ ਸਕੀਮ ਤਹਿਤ ਭਰਤੀ ਪ੍ਰਕਿਰਿਆ ਨੂੰ ਸਥਾਨਕ ਪ੍ਰਸ਼ਾਸਨ ਦਾ ਸਹਿਯੋਗ ਨਹੀਂ ਮਿਲ ਰਿਹਾ ਰਾਜਾਂ ਦੇ ਪ੍ਰਸ਼ਾਸਨ ਦੇ ਵਿਵਹਾਰ ਨੂੰ ਦੇਖਦਿਆਂ ਪੰਜਾਬ ਨੇ ਫੌਜ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਫੌ ਪੱਤਰ ਦੇ ਵਿੱਚ ਫੌਜ ਨੇ ਲਿਖਿਆ ਜੇਕਰ ਅਦੇਹਾ ਹੀ ਰਿਆ ਤਾਂ ਅਗਨੀ ਪਥ ਭਰਤੀ ਨੂੰ ਜਾਂ ਤਾਂ ਰੋਕਿਆ ਜਾਵੇਗਾ ਜਾਂ ਫਿਰ ਇਸ ਨੂੰ ਗਵਾਂਢੀ ਸੂਬਿਆਂ 'ਚੋਂ ਤਬਦੀਲ ਕਰ ਦਿੱਤਾ ਜਾਵੇਗਾ ਭਾਰਤੀ ਫੌਜ ਤੇ ਅਗਨੀ ਪਥ ਸਕੀਮ ਤਹਿਤ ਜਲੰਧਰ ਵਿੱਚ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਯੋਜਨਾ ਹੈ ਫੌਜ ਦਾ ਕਹਿਣਾ ਹੈ ਕਿ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਦੀ ਘਾਟ ਕਾਰਨ ਉਸ ਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸੇ ਚੋਂ ਜਾਂ ਤਾਂ ਭਰਤੀ ਪ੍ਰਕਿਰਿਆ ਤੇ ਰੋਕ ਲਾਉਣੀ ਪਵੇਗੀ ਜਾਂ ਫਿਰ ਇਸ ਨੂੰ ਗਵਾਂਢੀ ਰਾਜਾਂ ਵਿੱਚ ਤਬਦੀਲ ਕਰਨਾ ਪਵੇਗਾ ਆਪਰੇਸ਼ਨ ਲੋਟਸ ਤਹਿਤ ਸਾਡੇ 35 ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ 10 ਐਮਐਲਐਸ ਨੂੰ ਆਏ ਆਫਰ ਸ਼ੀਤਲੰਗ ਰਾਲ ਨੂੰ ਤਾਂ ਜਾਨੋਂ ਮਾਰਨ ਦੀ ਧਮਕੀ ਡੀਜੀਪੀ ਨੂੰ ਲਿਖਤੀ ਸ਼ਿਕਾਇਤ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਡੇਗਣ ਦੀ ਭਾਜਪਾ ਦੀ ਨਾਕਾਮ ਕੋਸ਼ਿਸ਼ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਭਾਜਪਾ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਲੋਕਤੰਤਰ ਦੀ ਸੀਰੀਅਲ ਕਿਲਰ ਪਾਰਟੀ ਹੈ ਜੋ ਆਪਰੇਸ਼ਨ ਲੋਟਸ ਤਹਿਤ ਰਾਜਾਂ ਦੇ ਵਿੱਚ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਦੇਖਦੀ ਹੈ। ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਇੱਕ ਦਰਜਨ ਵਿਧਾਇਕਾਂ ਦੀ ਹਾਜ਼ਰੀ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਜਿਸ ਨੂੰ 25-25 ਹਜ਼ਾਰ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਆਪਰੇਸ਼ਨ ਲੋਟਸ ਦੇ ਤਹਿਤ ਭਾਜਪਾ ਗਵਰਨੇ ਕਰਨਾਟਕ ਗੁਆਰ ਉਨਾਚਲ ਪ੍ਰਦੇਸ਼ ਦੇ ਵਿੱਚ ਵਿਧਾਇਕਾਂ ਦੀ ਖਰੀਦੋ ਫਰੋਖਤ ਕੀਤੀ ਭਾਜਪਾ ਨੇ ਲੋਕਾਂ ਨੇ ਨਕਾਰਿਆਂ ਪਰ ਈਡੀ ਸੀਬੀਆ ਤੇ ਹੋਰ ਤਰੀਕੇ ਨਾਲ ਸਰਕਾਰਾਂ ਤੋੜਨ ਕਰਕੇ ਸਰਕਾਰਾਂ ਬਣਾਈਆਂ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਦੇ ਵਿੱਚ ਚਿੱਟਾਂ ਦੀ ਵਿਕਰੀ ਬੰਦ 17 ਤੰਬਰ ਤੱਕ ਬੰਦ ਰਹਿਣਗੇ 2200 ਪੱਠੇ ਮਾਲਕ ਕਰ ਰਹੇ ਨੇ ਮੰਗ ਦੇਸ਼ਪੁਰ ਦੇ ਵਿੱਚ ਹਜ਼ਾਰਾਂ ਪੱਠਿਆਂ ਦੇ ਨਾਲ-ਨਾਲ ਪੰਜਾਬ ਦੇ 2700 ਪੱਠਿਆਂ ਤੇ ਵੀ ਮੰਗਲਵਾਰ ਤੋਂ ਇੱਟਾਂ ਦੀ ਵਿਕਰੀ ਬੰਦ ਕਰ ਦਿੱਤੀ ਗਈ ਆ ਹੜਤਾਲ 17 ਸਤੰਬਰ ਤੱਕ ਹੈ ਪਰ ਜੇਕਰ ਸਰਕਾਰ ਨੇ ਪੱਠਾ ਮਾਲਕਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਮੂੱਚਾ ਪੱਠਾ ਉਦਯੋਗ ਅਣਮਿਥੇ ਸਮੇਂ ਦੇ ਲਈ ਹੜਤਾਲ ਤੇ ਚਲਾ ਜਾਵੇਗਾ ਜਾਣਕਾਰੀ ਜ਼ਿਲ੍ਹਾ ਪੱਠਾ ਇੰਚਾਰਜ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਔਦਲਾ ਤੇ ਸਕੱਤਰ ਬਨੋਦ ਅਗਰਵਾਲ ਨੇ ਸੰਬੰਧੀ ਲੁਧਿਆਣਾ ਜ਼ਿਲ੍ਹੇ ਦੇ ਪੱਠਾ ਮਾਲਕਾਂ ਦੀ ਬੈਠਕ ਦੌਰਾਨ ਦਿੱਤੀ ਉਹਨਾਂ ਨੇ ਕਿਹਾ ਜੀ ਸਿਰਫ 8 ਮਹੀਨਿਆਂ ਚ 8000 ਪ੍ਰਤੀ ਟਨ ਵਾਲਾ ਕੋਲਾ 28000 ਪ੍ਰਤੀ ਟਨ ਹੋ ਗਿਆ ਤੇ ਉੱਪਰੋਂ ਕੇਂਦਰ ਸਰਕਾਰ ਨੇ GST ਦੀਆਂ ਦਰਾਂ ਵਧਾ ਦਿੱਤੀਆਂ ਨੇ ਜਿਹੜੀ ਕਿ ਦੂਰੀ ਮਾਲ ਹੈ। ਗੋਆ ਦੇ ਵਿੱਚ ਕਾਂਗਰਸ ਦੇ 11 ਦੇ ਵਿੱਚੋਂ 8 ਵਿਧਾਇਕ ਕਾਂਗਰਸ ਦੇ ਵਿੱਚੋਂ ਸ਼ਾਮਲ ਗੋਆ ਕਾਂਗਰਸ ਦੇ 11 ਵਿੱਚੋਂ 8 ਵਿਧਾਇਕਾਂ ਨੇ ਬੁੱਧਵਾਰ ਨੂੰ ਪਾਰਟੀ ਛੱਡ ਦਿੱਤੀ ਸਾਰੇ ਵਧਾਇਕ ਮੁੱਖ ਮੰਤਰੀ ਪ੍ਰਮੋਦ ਸਾਵੰਤ ਦੇ ਨਾਲ ਵਿਧਾਨ ਸਭਾ ਪੂਜਯ 스ਪੀਕਰ ਮੇਸ਼ ਨੂੰ ਅਲੱਗ ਹੋਣ ਦਾ ਪੱਤਰ ਸੌਂਪਿਆ ਗੂਆ ਪਾਜਪਾ ਦੇ ਸੂਬਾ ਪ੍ਰਧਾਨ ਸਦਾਨੰਦ ਨੇ ਸਾਰੇ ਵਿਧਾਇਕਾਂ ਨੂੰ ਪਾਜਪਾ ਦੀ ਮੈਂਬਰਸ਼ਿਪ ਦਵਾਈ ਕਾਂਗਰਸ ਤੋਂ ਛੱਡਣ ਵਾਲੇ ਵਿਧਾਇਕਾਂ ਵਿੱਚ ਸਾਫ ਕਾ ਸੀਐਮ ਦਿਗੰਬਰ ਕਾਮਤ ਮਾਈਕਲ ਲੋਬੇ ਦਿਓ ਲੋਬੇ ਕੇਦਾਰ ਨਾਇਕ ਤੇ ਰਜੇਸ਼ ਫਲ ਦੇ ਸਹੀ ਐਸ ਐਲ ਕਸੂ ਸਾਇਰੀਆ ਤੇ ਸੰਕਲਪ ਆਦਿ ਸ਼ਾਮਲ ਨੇ ਪੰਜਾਬ ਸਰਕਾਰ ਵੱਲੋਂ ਭਰਤੀ ਕੀਤੇ 68 ਵੈਟਰਨ ਇਨਸਪੈਕਟਰਾਂ 'ਚੋਂ 23 ਹਰਿਆਣਾ ਤੇ 11 ਰਾਜਸਥਾਨ ਦੇ ਹਰਿਆਣਾ ਤੇ ਰਾਜਸਥਾਨ ਨੇ ਆਪਣੇ ਪਸ਼ੂ ਪਾਲਣ ਵਿਭਾਗ ਵਿੱਚ ਵੈਂਟਰੀ ਇਨਸਪੈਕਟਰਾਂ ਦੀ ਭਰਤੀ ਕਰਨ ਲਈ ਬਾਰੀ ਭਰਤੀ ਦੇ ਰੋਕ ਲਾਈ ਹੋਈ ਹੈ ਪਰ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਸੂਬਿਆਂ ਦੇ ਨੌਜਵਾਨਾਂ ਨੂੰ ਖੋਲ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ 68 ਵੈਟਰਨਰੀ ਇਨਸਪੈਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਨੇ ਜਿਨ੍ਹਾਂ ਦੇ ਵਿੱਚੋਂ ਅੱਧੇ ਸੂਬੇ ਤੋਂ ਬਾਹਰ ਲਏ ਹਨ ਇਹਨਾਂ 'ਚੋਂ 68ਾਂ ਦੇ ਵਿੱਚੋਂ 23 ਹਰਿਆਣਾ ਤੇ 11 ਰਾਜਸਥਾਨ ਤੋਂ ਨੇ ਸੋਸ਼ਲ ਮੀਡੀਆ ਦੇ ਉੱਪਰ ਕੋਮਲੇ ਰਿਸਕ ਦੇ ਮੁਤਾਬਕ 34 ਪੰਜਾਬ ਤੇ 34 ਪੰਜਾਬ ਤੋਂ ਬਾਰੂ ਨੇ ਪਸ਼ੂ ਪਾਲਣ ਪਸ਼ੂ ਪਾਲਣ ਮੰਤਰੀ ਲਾਲਜੀਤ ਪੁੱਲਰ ਨੇ ਇੱਕ ਸਮਾਗਮ ਦੇ ਵਿੱਚ ਨਵ ਨਿਯੁਕਤ 68 ਵੈਟਰਨਰੀ ਇਨਸਪੈਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਆਪਰੇਸ਼ਨ ਲੋਟਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਬੀਜੇਪੀ ਸੱਤਾ ਦੇ ਨਸ਼ੇ ਵਿੱਚ ਮੈਨੂੰ ਆਪਣੇ ਵਾਇਦਕਾਂ ਤੇ ਭਰੋਸਾ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਜਪਾ ਦੇ ਗੰਬੀਰ ਰੂਪ ਲਾਉਂਦਿਆਂ ਕਿਹਾ ਕਿ ਬੀਜੇਪੀ ਸੱਤਾ ਦੇ ਨਸ਼ੇ ਚੂਹਾ ਮੈਨੂੰ ਆਪਣੇ ਵਾਇਦਕਾਂ ਤੇ ਭਰੋਸਾ ਹੈ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਪੰਜਾਬੀ ਆਪਣੀ ਮਿੱਟੀ ਦੇ ਵਫਾਦਾਰ ਹਾਂ ਬੀਜੇਪੀ ਦੇ ਖੂਨ ਨੂੰ ਮੂੰਹ ਲੱਗਾ ਹੋਇਆ ਜੇ ਲੋਕ ਵੋਟਾਂ ਨਹੀਂ ਪਾਉਂਦੇ ਤਾਂ ਦੂਜੀ ਤਰ੍ਹਾਂ ਖਰੀਦ ਲਵੋ ਪਰ ਬੀਜੇਪੀ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਸਿਕੰਦਰ ਨੂੰ ਵੀ ਪੰਜਾਬੀਆਂ ਨੇ ਰੋਕਿਆ ਸੀ ਮੈਨੂੰ ਮੇਰੇ ਐਮਐਲਏਸ ਤੇ ਪੂਰਾ ਯਕੀਨ ਹੈ ਉਹ ਆਪਣੀ ਮਿੱਟੀ ਤੇ ਪੰਜਾਬ ਦੇ ਵਫਾਦਾਰ ਰਹਿਣਗੇ ਉਦਰਾ ਮਾਦਮੀ ਪਾਰਟੀ ਨੇ ਇਸ ਦੇ ਬਾਰੇ ਪੁਲਸ ਮੁਖੀ ਦੇ ਕੋਲ ਸ਼ਿਕਾਇਤ ਕੀਤੀ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਅਗਨੀ ਪਥ ਸਕੀਮ ਰਾਹੀਂ ਹੋਣ ਵਾਲੀ ਭਰਤੀ ਨੂੰ ਲੈ ਕੇ ਜ਼ਿਲ੍ਹਾ ਮੁਖੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ। ਭਗਵੰਤ ਮਾਨ ਦੇ ਵੱਲੋਂ ਸੂਬੇ ਦੇ ਜ਼ਿਲ੍ਹਾ ਮੁਖੀਆਂ ਨੂੰ ਫੌਜ ਅਥਾਰਟੀ ਨੂੰ ਸਹਿਯੋਗ ਕਰਨ ਦੇ ਹੁਕਮ ਦਿੱਤੇ ਗਏ ਨੇ। ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਦੇ 30.25 ਲੱਖ ਪੈਨਸ਼ਨਰਾਂ ਲਈ ਖੁਸ਼ਖਬਰੀ ਸਰਕਾਰ ਨੇ ਪੈਨਸ਼ਨਾਂ ਦੀ ਅਦਾਇਗੀ ਸੰਬੰਧੀ ਲਿਆ ਵੱਡਾ ਫੈਸਲਾ ਪਰ ਉਸ ਤੋਂ ਪਹਿਲਾਂ ਨੀਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਜਨਤਕ ਵਿੱਤੀ ਪ੍ਰਬੰਧਨ ਸਿਸਟਮ ਰਾਹੀਂ ਭਲਾਈ ਸਕੀਮਾਂ ਦੀ ਪੈਨਸ਼ਨ ਦੀ ਅਦਾਇਗੀ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹਾੜੀ ਪੰਜਾਬ ਸਰਕਾਰ ਬਜ਼ੁਰਗ ਵਿਦਵਾਨਾਂ ਤੇ ਬੇਸਹਾਰਾ ਔਰਤਾਂ ਅਸ਼ਰਿਤ ਬੱਚਿਆਂ ਤੇ ਦਿਵਿਆਂਗ ਵਿਅਕਤੀਆਂ ਲਈ ਚਲਾਈਆਂ ਜਾ ਰਹੀਆਂ ਸਮਾਜਿਕ ਭਲਾਈ ਸਕੀਮਾਂ ਨੂੰ ਸੰਯੋਗ ਪਾਤਰਾ ਤੱਕ ਪਹੁੰਚਾਉਣ ਦੇ ਲਈ ਲਗਾਤਾਰ ਕਾਰਜ ਕਰ ਰਹੀ ਹੈ ਇਸ ਲੜੀ ਦੇ ਤਹਿਤ ਪੰਜਾਬ ਰਾਜ ਦੇ ਵਿੱਚ ਪੈਨਸ਼ਨ ਦੀ ਅਦਾਇਗੀ ਤੁਰੰਤ ਕਰਨ ਲਈ ਜਨਤਕ ਵਿੱਤੀ ਪ੍ਰਬੰਧਨ ਸਿਸਟਮ ਲਾਗੂ ਕੀਤਾ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਹਾਂ ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਲਾਭਪਾਤਰੀਆਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇ ਰੂਪ ਵਿੱਚ ਦਿੱਤੀ ਜਾ ਰਹੀ ਸਹਾਇਤਾ ਸੂ ਪੰਜਾਬ ਰਾਜ ਵਿੱਚ ਸੁਪਰੀਮ ਦੇ ਅਧੀਨ 3.25 ਲੱਖ ਲਾਭਪਾਤਰੀਆਂ ਨੂੰ ਪੈਨਸ਼ਨ ਦਾ ਲਾਭ ਮਿਲ ਰਿਹਾ ਉਹਨਾਂ ਨੇ ਕਿਹਾ ਜੀ ਰਾਸ਼ੀ ਨੂੰ ਤੁਰੰਤ ਅਦਾਇਗੀ ਕਰਨ ਲਈ ਪੂਰੇ ਪੰਜਾਬ ਦੇ ਪੰਜਾਬ ਰਾਜ ਵਿੱਚ ਨਵਾਂ ਸਿਸਟਮ ਜਨਤਕ ਵਿੱਤੀ ਪ੍ਰਬੰਧਨ ਸਿਸਟਮ ਲਾਗੂ ਕੀਤਾ ਗਿਆ ਜਿਸ ਨਾਲ ਪੈਨਸ਼ਨ ਦਾ ਭੁਗਤਾਨ ਜਲਦੀ ਕੀਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੇਜਰੀਵਾਲ ਖਫਾ ਅਹੁਦੇ ਤੋਂ ਹਟਾਉਣਾ ਚਾਹੁੰਦੇ ਬੀਜੇਪੀ ਨੇ ਕੀਤਾ ਵੱਡਾ ਦਾਵਾ ਬੀਜੇਪੀ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਵੱਡਾ ਦਾਵਾ ਕੀਤਾ ਹੈ ਬੀਜੇਪੀ ਲੀਡਰ ਮਨਜਿੰਦਰ ਸਿਰਸਾ ਨੇ ਦਾਵਾ ਕੀਤਾ ਕਿ ਆਪ ਸੁਪਰੀਮ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਹੁਦੇ ਤੋਂ ਹਟਾਉਣਾ ਚਾਹੁੰਦੇ ਉਹਨਾਂ ਨੇ ਕਿਹਾ ਜੀ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਫੋਨ ਆਇਆ ਸੰਸਦ ਮੈਂਬਰ ਜਿਸ ਦੇ ਨਾਲ ਗੁਪਤ ਕਊ ਨਾਲ ਗੱਲ ਸਾਂਝੀ ਕੀਤੀ ਕਿ ਕੇਜਰੀਵਾਲ ਤੇ ਭਗਵੰਤ ਮਾਨ ਦੇ ਵਿਚਕਾਰ ਚੀਜ਼ਾਂ ਖਟਾਸ ਬਣ ਗਈਆਂ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਮਨੀਸ਼ ਸੋਦੀਆ ਦੇ ਹੱਕ ਵਿੱਚ ਨਹੀਂ ਬੋਲਿਆ ਉਸ ਦਾ ਸ਼ਰਾਬ ਘੜਾ ਲੈ ਸਾਹਮਣੇ ਆਇਆ ਸਿਰਸਾ ਨੇ ਕਿਹਾ ਕਿ ਕੇਜਰੀਵਾਲ ਭਗਵੰਤ ਮਾਨ ਤੋਂ ਨਾਰਾਜ਼ ਨਜ਼ਰ ਆ ਰਹੇ ਨੇ ਉਹ ਕਿਸੇ ਵੀ ਸਮੇ ਉਸ ਨੂੰ ਹਟਾ ਸਕਦੇ ਨੇ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ ਹਰਿਆਣਾ ਦੀਆਂ ਚਾਰ ਸਿਆਸੀ ਪਾਰਟੀਆਂ ਦੀ ਮਾਨਤਾ ਰੱਦ 25 ਮਈ ਨੂੰ ਗੈਰ ਰਜਿਸਟਰਡ ਗੈਰ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਵਿਰੁੱਧ ਸ਼ੁਰੂ ਕੀਤੀ ਗਈ ਕਾਰਵਾਈ ਨੂੰ ਜਾਰੀ ਰੱਖਦੇ ਹੋਏ ਇਨਾਂ ਨੂੰ ਰੱਦ ਕਰ ਦਿੱਤਾ ਹੈ ਹਰਿਆਣਾ ਦੀਆਂ ਚਾਰ ਸਿਆਸੀ ਪਾਰਟੀਆਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਆਲ ਇੰਡੀਆ ਰੱਖਸ਼ਾ ਪਾਰਟੀ ਹਰਿਆਣਾ ਜਨਤਾ ਪਾਰਟੀ ਮਾਤਾ ਭਗਤ ਪਾਰਟੀ ਤੇ ਨਿਰ ਸਵਾਰਥ ਸੇਵਾ ਪਾਰਟੀ ਦਾ ਨਾਮ ਸ਼ਾਮਲ ਹੈ ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਮਾਪਿਆਂ ਦਾ ਇਕਲੌਤਾ ਪੁੱਤ ਸੀ ਪਰਮਵੀਰ ਸਿੰਘ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਟੱਪਾਈ ਦੇ ਨਾਲ ਸਬੰਧਤ 33 ਸਾਲਾ ਪਰਮਵੀਰ ਸਿੰਘ ਦੀ ਜਾਰਜੀਆ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਉਸ ਦੀ ਖਬਰ ਮਿਲਨ ਤੇ ਮੌਤ ਦੀ ਖਬਰ ਮਿਲਣ ਦੇ ਨਾਲ ਪਿੰਡ ਵਿੱਚ ਸੋਗ ਦੀ ਲਹਿਰਾਂ ਪਰਮਵੀਰ ਦੇ ਪਿਤਾ ਹਰਦਿਆਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ লাশ ਪਿੰਡ ਵਿੱਚ ਲਿਆਂਦੀ ਜਾ ਰਹੀ ਹੈ ਮ੍ਰਿਤਕ ਦੀ ਮਾਂ ਪਿੰਡ ਦੀ ਸਰਪੰਚਾ ਤੇ ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ ਜ਼ਹਿਰੀਲੀ ਸ਼ਰਾਬ ਮਾਮਲਾ ਡਿਪਟੀ ਸਪੀਕਰ ਵਿਧਾਇਕ ਬਲਾਸਪੁਰਾ ਤੇ ਪੰਡੋਰੀ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ਰੱਦ ਜ਼ਿਲ੍ਹਾ ਤਰਨਤਾਰਨ ਤੋਂ ਜੁਲਾਈ 2020 ਤੋਂ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਦਿੱਤੇ ਧਰਨੇ ਨੂੰ ਲੈ ਕੇ ਅਦਾਲਤਚੂ ਚੱਲ ਰਹੀ ਸੁਣਵਾਈ ਵਿੱਚੋਂ ਗੈਰ ਹਾਜ਼ਰ ਰਹਿਣ ਤੇ ਵਧੀਕ ਸੈਸ਼ਨ ਜੱਜ ਕਮਲਜੀਤ ਨੇ ਮੰਗਲਵਾਰ ਨੂੰ ਡਿਪਟੀ ਸਪੀਕਰ ਜੈਕਿਸ਼ਨ ਰੋੜੀ ਵਿਧਾਇਕ ਮਨਜੀਤ ਸਿੰਘ ਬਲਾਸਪੁਰਾ ਤੇ ਕੁਲਵੰਤ ਪੰਡੋਰੀ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਆ ਤਿੰਨਾਂ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਗ੍ਰਿਫਤਾਰੀ ਤੋਂ ਬਚਣ ਦੇ ਲਈ ਇਹ ਪਟੀਸ਼ਨ ਦਾਖਲ ਕੀਤੀ ਸੀ ਗਣਪਤੀ ਉਤਸਵ ਮੌਕੇ ਗੀਤ ਗਾਉਣ ਕਰਨ ਵਿਵਾਦਾਂ ਦੇ ਵਿੱਚ ਕਿਰੇ ਜੀ ਖਾਨ ਨੇ ਮੰਗੀ ਮਾਫੀ ਇਸ ਦੌਰਾਨ ਜੀ ਖਾਨ ਨੇ ਕਿਹਾ ਕਿ ਉਹਨਾਂ ਕੋਲ ਅਣਜਾਣੇ ਦੇ ਵਿੱਚ ਗਣਪਤੀ ਉਤਸਵ ਮੌਕੇ ਗੀਤ ਗਾਹ ਹੋ ਗਿਆ ਸਰੋਤਿਆਂ ਨੇ ਉਸ ਨੂੰ ਗੀਤ ਗਾਉਣ ਦੀ ਬੇਨਤੀ ਕੀਤੀ ਉਸ ਨੂੰ ਲੱਗਾ ਕਿ ਸਰੋਤਿਆਂ ਵਿੱਚ ਰੱਬ ਵੱਸਦਾ ਤੇ ਉਹਨਾਂ ਦਾ ਕਹਿਣਾ ਨਹੀਂ ਮੋੜਨਾ ਚਾਹੀਦਾ ਦੱਸਦੀ ਹੈ ਕਿ ਖਾਨ ਦੇ ਸਮਰਥਨ ਚ ਗਾਇਕ ਨੇ ਜਦੇ ਗੈਰੀ ਸੰਦੂ ਵੀ ਓਡੇ ਨੇ ਸਿੱਖ ਧਰਮ ਗ੍ਰੰਥ ਨੂੰ ਵਤਨੋਂ ਬਾਹਰ ਲੈ ਕੇ ਜਾਣ ਤੇ ਤਾਲਿਬਾਨ ਨੇ ਲਾਈ ਪਾਬੰਦੀ ਅਫਗਾਨਿਸਤਾਨ ਨੂੰ ਸਤਾ ਤੇ ਕਾਬਜ਼ ਤਾਲਿਬਾਨ ਸਰਕਾਰ ਨੇ ਸਿੱਖ ਧਰਮ ਗ੍ਰੰਥਾਂ ਨੂੰ ਦੇਸ਼ ਤੋਂ ਬਾਹਰ ਲੈ ਜਾਣ ਤੇ ਰੋਕ ਲਾ ਦਿੱਤੀ 11 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਉਤਰਨ ਵਾਲਾ 60 ਅਫਗਾਨ ਸਿੱਖਾਂ ਦਾ ਇੱਕ ਸਮੂਹ ਆਪਣੇ ਨਾਲ ਦੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਦੋ ਸੰਤਿਸਾਹਿਬ ਦੇਸ ਰੂਪ ਲੈ ਕੇ ਭਾਰਤ ਪਰਤ ਰਿਆ ਸੀ ਪਰ ਹਕੂਮਤ ਤੇ ਤਾਲਿਬਾਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਣਕਾਰੀ ਦੇ ਮੁਤਾਬਕ ਅਫਗਾਨਿਸਤਾਨ ਦੇ ਵਿਦੇਸ਼ ਮਾਮਲੇ ਦੇ ਮੰਤਰਾਲੇ ਨੇ ਸੂਚਨਾ ਤੇ ਸੱਭਿਆਚਾਰ ਮੰਤਰਾਲੇ ਤੋਂ ਅਧਿਕਾਰਤ ਮਨਜ਼ੂਰੀ ਦੀ ਘਾਟ ਕਰਕੇ ਪਵਿੱਤਰ ਗ੍ਰੰਥਾ ਨੂੰ ਅਫਗਾਨਿਸਤਾਨ ਤੋਂ ਬਾਹਰ ਜਾਣ ਤੇ ਪਾਬੰਦੀ ਲਾ ਦਿੱਤੀ ਹੈ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਸ ਦੀ ਤਾਲਿਬਾਨ ਸਰਕਾਰ ਦੀ ਸਖਤ ਨਿਕੇਦੀ ਕੀਤੀ ਤੇ ਇਸ ਕਦਮ ਨੂੰ ਸਿੱਖਾਂ ਦੀਆਂ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਧੀ ਤੱਕਲ ਅੰਦਾਜੀ ਦੱਸਿਆ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਨਵੀਂ ਮਾਈਨਿੰਗ ਰੀਤੀ ਤੇ ਲਾਈ ਰੋਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇੱਕ ਹੋਰ ਹੁਣੇ-ਹੁਣੇ ਵੱਡਾ ਝਟਕਾ ਦਿੱਤਾ ਜੀ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਨਵੀਂ ਮਾਈਨਿੰਗ ਨੀਤੀ ਤੇ ਰੋਕ ਲਾ ਦਿੱਤੀ ਹੈ ਪੰਜਾਬ ਸਰਕਾਰ ਨੇ ਕੇਂਦਰ ਵੱਲੋਂ ਦਿੱਤੀ ਜਾਣ ਵਾਲੀ ਡਿਸਟ੍ਰਿਕਟ ਸਰਵੇ ਰਿਪੋਰਟ ਤੇ এনਵਾਇਰਨਮੈਂਟ ਕਲੀਅਰੈਂਸ ਲਏ ਬਿਨਾ ਪੰਜਾਬ ਦੇ 274 ਠੇਕੇਦਾਰਾਂ ਨੂੰ ਮਾਈਨਿੰਗ ਕਰਨ ਲਈ ਨੋਟਿਸ ਜਾਰੀ ਕਰ ਦਿੱਤੇ ਸਨ এনਵਾਇਰਨਮੈਂਟ ਕਲੀਅਰੈਂਸ ਨਾ ਮਿਲਣ ਕਾਰਨ ਪੰਜਾਬ ਸਰਕਾਰ ਵੱਲੋਂ ਨਵੀਂ ਮਾਈਨਿੰਗ ਨੀਤੀ ਜਾਰੀ ਕੀਤੀ ਗਈ ਸੀ ਜਿਸ ਦੇ ਤਹਿਤ ਨਵਾਂ ਸ਼ਬਦ ਵਰਤਿਆ ਗਿਆ ਸੀ ਜਿਸ ਦੇ ਤਹਿਤ ਪੰਜਾਬ ਸਰਕਾਰ ਖਣਿਜਾਂ ਦੀ ਮਾਈਨਿੰਗ ਕਰ ਸਕਦੀ ਸੀ ਪਟੀਸ਼ਨਾਂ ਨੇ ਦੋਸ਼ ਲਾਇਆ ਕਿ ਸਰਕਾਰ ਦੇ ਕੋਲੇ ਵਾਤਾਵਰਣ ਕਲੀਅਰੈਂਸ ਦੀ ਅਣਹੋਂਦ ਦੀ ਇੱਕ ਨਵੀਂ ਮਿਆਦ ਦੀ ਵਰਤੋਂ ਕਾਰਨ ਨਾਜਾਇਜ਼ ਮਾਈਨਿੰਗ ਨੂੰ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਬੱਸ ਹਾਦਸਾ 11 ਦੀ ਮੌਤ 25 ਜ਼ਖਮੀ ਜੰਮੂ ਕਸ਼ਮੀਰ ਦੇ ਸਾਵਜੀਆ ਇਲਾਕੇ ਦੇ ਵਿੱਚ ਇੱਕ ਮੰਨੀ ਬੱਸ ਹਾਦਸਾ ਗ੍ਰਸਤ ਹੋ ਗਈ ਆ ਫੌਜ ਦਾ ਬੱਚਾ ਆਕਰਚ ਜਾਰੀਆ ਹਾਦਸੇ ਦੇ ਵਿੱਚ 11 ਲੋਕਾਂ ਦੀ ਮੌਤ ਅਤੇ 25 ਲੋਕ ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਮੰਡੀ ਦੇ ਹਸਪਤਾਲ ਤੋਂ ਦਾਖਲ ਕਰਵਾਇਆ ਗਿਆ ਹੈ ਕਿਸਾਨ ਬੁਢਾਪੇ ਦੇ ਵਿੱਚ ਲੈ ਸਕਦੇ ਨੇ ਪੈਨਸ਼ਨ ਦਾ ਲਾਭ ਸਕੀਮ ਦੇ ਲਈ ਕਰੋ ਰਜਿਸਟਰ ਹਰ ਮਹੀਨੇ ਮਿਲਣਗੇ 3000 ਰੁਪਏ ਕੇਂਦਰ ਸਰਕਾਰ ਦੇਸ਼ ਦੇ ਵਿੱਚ ਕਿਸਾਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾਉਣ ਲਈ ਕਈ ਯੋਜਨਾਵਾਂ ਚਲਾਉਂਦੀ ਹੈ ਇਸ ਦੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਇੱਕ ਬਹੁਤ ਮਸ਼ਹੂਰ ਯੋਜਨਾ ਜਿਸ ਰਾਹੀਂ ਸਰਕਾਰ ਕਿਸਾਨਾਂ ਦੇ ਖਾਤੇ ਵਿੱਚ ਹਰ ਸਾਲ 6000 ਰੁਪਏ ਦੀ ਵਿੱਤੀ ਸਹਾਇਤਾ ਦਿੰਦੀ ਹੈ ਇਸ ਤੋਂ ਇਲਾਵਾ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਮਾਨਤਨ ਯੋਜਨਾ ਨਾਮ ਦੀ ਇੱਕ ਹੋਰ ਯੋਜਨਾ ਚਲਾਉਂਦੀ ਹੈ ਜਿਸ ਦੇ ਤਹਿਤ ਸਰਕਾਰ 60 ਸਾਲ ਦੀ ਉਮਰ ਤੋਂ ਬਾਅਦ ਕਿਸਾਨਾਂ ਨੂੰ ਹਰ ਮਹੀਨੇ 3000 ਰੁਪਏ ਦੀ ਪੈਨਸ਼ਨ ਦਾ ਲਾਭ ਦਿੰਦੀ ਤੇ ਇਸ ਯੋਜਨਾ ਰਾਹੀਂ ਕੇਂਦਰ ਸਰਕਾਰ ਕੋ ਲੋਕਾਂ ਨੂੰ ਸਮਾਜਿਕ ਸੁਰੱਖਿਆ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ 60 ਸਾਲ ਦੀ ਉਮਰ ਤੋਂ ਬਾਅਦ ਜਦੋਂ ਉਹ ਖੇਤੀ ਨਾਲ ਸੰਬੰਧਤ ਕੰਮ ਨਹੀਂ ਕਰ ਪਾਉਣਗੇ ਤਾਂ ਉਹਨਾਂ ਨੂੰ ਪੈਸਿਆਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਜਾਦੀ ਜਾਣਕਾਰੀ ਦੀ ਚੈਨਲ ਤੇ ਪਾਈ ਹੋਈ ਛੋਟੀ ਜੀ ਇੱਕ 2 ਮਿੰਟ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਜਾਂ 1800 267 6888 ਤੇ ਸੰਪਰਕ ਕਰ ਸਕਦੇ ਹੋ ਆਮ ਆਦਮੀ ਪਾਰਟੀ ਦੀ ਲਈ ਨਵੀਂ ਮੁਸੀਬਤ ਦੂਜੇ ਮੰਤਰੀ ਤੇ ਵੀ ਬਰਖਾਸਤਗੀ ਦੀ ਤਲਵਾਰ ਆਮ ਆਦਮੀ ਪਾਰਟੀ ਲਈ ਨਵੀਂ ਮੁਸੀਬਤ ਖੜੀ ਹੋ ਗਈ ਹੈ ਜੀ ਸਾਬਕਾ ਮੰਤਰੀ ਵਿਜੇ ਸਿੰਘਲਾ ਮਗਰੋਂ ਕੈਬਨਟ ਮੰਤਰੀ ਫੌਜਾ ਸਿੰਘ ਸਰਾਰੀ ਵਿਵਾਦਾਂ ਚੁਕੇ ਰਗੇ ਨੇ ਵਿਰੋਧੀਆਂ ਦਾ ਹਮਲਾਵਰ ਰੁਖ ਦੇਖ ਕੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਮਾਮਲੇ ਦੀ ਜਾਂਚ ਵੜ ਦਿੱਤੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਕੈਬਨਟ ਮੰਤਰੀ ਮਾਮਲੇ ਵਿੱਚ ਦੋਸ਼ੀ ਪਾਏ ਗਏ ਤਾਂ ਸਖਤ ਕਾਰਵਾਈ ਹੋਵੇਗੀ ਤੇ ਅਹੁਦੇ ਤੋਂ ਬਰਖਾਸਤ ਵੀ ਕੀਤਾ ਜਾ ਸਕਦਾ ਹੈ ਦਰ ਅਸਲ ਇੱਕ ਆਡੀਓ ਕਲਿੱਪ ਲੀਕ ਹੋਣੀ ਮਗਰੋਂ ਕੈਬਨਟ ਮੰਤਰੀ ਫੌਜਾ ਸਿੰਘ ਸਰਾਰੀ ਵਿਵਾਦਾਂ ਦੇ ਵਿੱਚ ਘਿਰਗੇ ਸਨ ਆਮ ਆਦਮੀ ਪਾਰਟੀ ਨੇ ਇਸ ਨੂੰ ਬੇहद ਗੰਭੀਰਤਾ ਨਾਲ ਲਿਆ ਤੇ ਦੋ ਦਿਨਾਂ ਦੇ ਵਿੱਚ ਫੈਸਲਾ ਲਿਆ ਜਾਵੇਗਾ ਇਸ ਮਾਮਲੇ ਨੂੰ ਰਾਜ ਸਭਾ ਮੈਂਬਰ ਰਗਵ ਚੱਡਾ ਵੇਖ ਰਹੇ ਨੇ ਰੰਗਲਾ ਪੰਜਾਬ ਬਣਾਏ ਜਾਣਗੇ 500 스마트 ਪਿੰਡ ਕੁਲਦੀਪ ਧਾਲੀਵਾਲ ਪੰਜਾਬ ਦੇ ਪਿੰਡਾਂ ਦੇ ਵਿੱਚ ਵਸਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਰੰਗਲੇ ਪਿੰਡ ਬਣਾਉਣਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਸੂਬੇਪਰ ਦੇ ਵਿੱਚੋਂ ਆਏ ਬਲਾਕ ਵਿਕਾਸ ਅਫਸਰ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰ ਸਮੇਲਨ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਸੂਬੇ ਦੇ ਪਿੰਡ ਵਿਕਾਸ ਅਧਿਕਾਰੀ ਪੰਚਾਇਤ ਮੰਤਰੀ ਕੁਲਦੀਪ ਢਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਰੰਗਲਾ ਪੰਜਾਬ ਬਣਾਉਣ ਦਾ ਸੰਕਲਪ ਨੂੰ ਪੂਰਾ ਕਰਨ ਲਈ ਪਿੰਡ ਵਿਕਾਸ ਅਤੇ ਵਿਭਾਗ ਵੱਲੋਂ 500 ਸਮਾਰਟ ਪਿੰਡ ਬਣਾਏ ਜਾਣਗੇ ਪਿੰਡ ਵਿਕਾਸ ਮੰਤਰੀ ਨੇ ਦੱਸਿਆ ਕਿ ਹਰ ਹਲਕੇ ਤੋਂ ਘੱਟੋ-ਘੱਟ 5 ਸਮਾਰਟ ਪਿੰਡ ਬਣਾਉਣ ਲਈ ਚੁਣੇ ਜਾਣਗੇ ਜਿਨ੍ਹਾਂ ਚੋਂ ਸਿਹਤ ਸਿੱਖਿਆ ਖੇਡਾਂ ਖਾਣ ਪੀਣ ਅਤੇ ਸਫਾਈ ਆਦਿਆਂ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀ ਗੈਂਗਸਟਰਾਂ ਤੇ ਸਿਆਸੀ ਪਾਰਟੀਆਂ ਦੇ ਗੱਥ ਜੂੜਦੀਆਂ ਫਾਈਲਾਂ ਬਣਨੀਆਂ ਸ਼ੁਰੂ ਹੋ ਚੁੱਕੀਆਂ ਨੇ ਜਲਦੀ ਹੋਵੇਗੀ ਕਾਰਵਾਈ ਪੰਜਾਬ ਦੇ ਦਰਜਨਾ ਆਗੂਆਂ ਤੇ ਹੋਰ ਲੋਕਾਂ ਤੇ ਕੇਂਦਰੀ ਏਜੰਸੀਆਂ ਦੀ ਗਾਜ਼ ਡਿੱਗਣ ਵਾਲੀ ਹੈ ਕੇਂਦਰੀ ਜਾਂਚ ਏਜੰਸੀਆਂ ਨੇ ਸਰਹੱਦੀ ਖੇਤਰ ਵਿੱਚ ਰੇਤ ਦੇ ਗੈਰ ਕਾਨੂੰਨੀ ਮਾਈਨਿੰਗ ਕਰਵਾਉਣ ਵਾਲੇ ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲੇ ਆਗੂਆਂ ਦੀਆਂ ਫਾਈਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਪੰਜਾਬ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਤੋਂ ਹਥਿਆਰਾਂ ਗੋਲਾਵਰੁੱਧ ਦੀ 95% ਸਪਲਾਈ ਦਾ ਹਿੱਸਾ ਪੰਜਾਬ ਦਾ ਸਰਹੱਦੀ ਇਲਾਕਾ ਬਣ ਚੁੱਕਾ ਹੈ ਸਪਲਾਈ ਦਾ ਹਿੱਸਾ ਪੰਜਾਬ ਦਾ ਜਦ ਕਿ ਡਰੱਗ ਦਾ ਰਸਤਾ ਬਦਲ ਕੇ ਹੁਣ ਜੰਮੂ ਉੱਤੇ ਸਮੁੰਦਰੀ ਮਾਰਗ ਨੂੰ ਬਣਾਇਆ ਗਿਆ ਹੈ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ BMW ਪੰਜਾਬ ਦੇ ਵਿੱਚ ਆਟੋ ਪਾਰਟ ਯੂਨਟ ਸਥਾਪਿਤ ਕਰਨ ਲਈ ਸਹਿਮਤ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਦੇਸ਼ ਦੌਰੇ ਦੇ ਵਿੱਚ ਜਰਮਨੀ ਚ ਨਿਵੇਸ਼ਕਾਂ ਨਾਲ ਮੁਲਾਕਾਤ ਕੀਤੀ ਮੰਗਲਵਾਰ ਨੂੰ ਸੂਬੇ ਚ ਨਿਵੇਸ਼ ਯੋਜਨਾ ਨੂੰ ਪ੍ਰਮਾਣਿਤ ਕੀਤਾ ਉਹਨਾਂ ਨੇ ਕਿਹਾ ਕਿ BMW ਪੰਜਾਬ ਦੇ ਵਿੱਚ ਆਪਣੀ ਆਟੋ ਪਾਰਟ ਯੂਨਟ ਸਥਾਪਿਤ ਕਰੇਗੀ ਉਹਨਾਂ ਨੇ ਬੇਵਾਦੇ ਸੀਨੀਅਰ ਅਧਿਕਾਰੀਆਂ ਨੂੰ ਤੇ 24 ਫਰਵਰੀ 2023 ਨੂੰ ਹੋਣ ਵਾਲੇ ਪਰੋਗਰਾਸਿਵ ਪੰਜਾਬ ਇਨਵੈਸਟ ਸੱਟ ਸਮਿਟ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈਂਦਾ ਕੰਪਨੀਆਂ ਨੇ ਆਪਣੇ ਕਾਰੋਬਾਰੀ ਸੰਚਾਲਨ ਬਾਰੇ ਵੀ ਇੱਕ ਪੇਸ਼ਕਾਰੀ ਦਿੱਤੀ 34 ਦਵਾਈਆਂ ਹੋ ਸਕਦੀਆਂ ਨੇ ਸਸਤੀਆਂ ਅਸੈਸ਼ਨਲ ਮੈਡੀਸਿਨਸ ਦੀ ਲਿਸਟ ਹੋਈ ਐਂਟਰੀ ਭਾਰਤ ਤੋਂ ਜ਼ਰੂਰੀ ਦਵਾਈਆਂ ਸਸਤੀਆਂ ਹੋਣ ਜਾ ਰਹੀਆਂ ਨੇ ਜ਼ਰੂਰੀ ਦਵਾਈਆਂ ਰਾਸ਼ਟਰੀ ਸੂਚੀ ਦੇ ਵੱਲੋਂ ਜਾਰੀ ਸੂਚੀ ਦੇ ਵਿੱਚ ਜਾਰੀ ਕੀਤੀਆਂ ਗਈਆਂ ਨੇ ਇਹਨਾਂ ਦੇ ਵਿੱਚ ਐਂਟੀ ਡਾਇਬੀਟਿਸ ਡਰਗ ਇਨਸੂਲਿਨ ਗਲੇਰਜੀਨ ਐਂਟੀ TBD ਡਾਇਲਮਨ ਆਦ ਦਵਾਈਆਂ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ 383 ਦਵਾਈਆਂ ਸ਼ਾਮਲ ਕੀਤੀਆਂ ਗਈਆਂ ਨੇ ਛਪੀ ਦਵਾਈਆਂ ਨੂੰ ਹਟਾ ਦਿੱਤਾ ਗਿਆ ਹੈ। ਦਿਵਿਆਂਗਾਂ ਦੀ ਲੋੜ ਦੇ ਅਨੁਸਾਰ ਸਰਕਾਰ ਤੇ ਸਰਕਾਰੀ ਇਮਾਰਤਾਂ 'ਚ ਕੀਤੀਆਂ ਜਾਣਗੀਆਂ ਤਬਦੀਲੀਆਂ ਡਾਕਟਰ ਬਲਜੀਤ ਕੌਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਿਵਿਆਂਗਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ ਸੂਬਾ ਸਰਕਾਰ ਵੱਲੋਂ ਅੰਮ੍ਰਿਤਸਰ ਜਲੰਧਰ ਫਗਵਾੜਾ ਮੋਗਾ ਪਠਾਨਕੋਟ ਹਸ਼ਿਆਰਪੁਰ ਪਟਿਆਲਾ ਫਤਿਹਗੜ੍ਹ ਸਾਹਿਬ ਬਟਿੰਡਾ ਤੇ ਮੋਹਾਲੀ ਜ਼ਿਲ੍ਹਿਆਂ ਦੀਆਂ 193 ਇਮਾਰਤਾਂ ਤੋਂ ਇਲਾਵਾ ਚੰਡੀਗੜ੍ਹ ਦੇ ਸ਼ਹਿਰ ਵਿੱਚ ਪੰਜਾਬ ਸਰਕਾਰ ਦੀਆਂ 9 ਬਿਲਡਿੰਗਾਂ ਵਿੱਚ ਦਿਵਿਆਂਗਾਂ ਦੀ ਪਹੁੰਚ ਨੂੰ ਸੁਖਾਲਾ ਬਣਾਉਣ ਲਈ ਲੋੜਿੰਦੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ ਖੇਡਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ 올ੰਪੀਅਨ ਬਲਵੀਰ ਸਿੰਘ ਸੀਨੀਅਰ ਵਜੀਫਾ ਸਕੀਮ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਚ ਕੋਈ ਵੀ ਖਿਡਾਰੀ ਤਗਮਾ ਜਿੱਤਣ ਵਾਲੇ ਖਿਡਾਰੀਆਂ ਨੂੰ ਜਿਹੜੇ ਪੰਜਾਬ ਦੇ ਨੇ 8000 ਰੁਪਏ ਇੱਕ ਸਾਲ ਲਈ ਪ੍ਰਤੀ ਮਹੀਨਾ ਵਜੀਫਾ ਦਿੱਤਾ ਜਾਵੇਗਾ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਪੰਜਾਬ 'ਚ ਬੀਜੇਪੀ ਦਾ ਆਪਰੇਸ਼ਨ ਲੋਟਸ ਨੂੰ ਲੈ ਕੇ ਆਪ ਦਾ ਹਮਲਾ ਕਿਹਾ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੇ ਆਫਰ ਦਿੱਤੇ ਗਏ ਨੇ ਸੋ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਚਲਾਏ ਜਾ ਰਹੇ ਆਪਰੇਸ਼ਨ ਲੋਟਸ ਤੇ ਵੱਡਾ ਹਮਲਾ ਕੀਤਾ ਉਹਨਾਂ ਨੇ ਕਿਹਾ ਜੇ ਬੀਜੇਪੀ ਆਪਰੇਸ਼ਨ ਲੋਟਸ ਦੇ ਤਹਿਤ ਲੋਕਤੰਤਰ ਦਾ ਕਤਲ ਕਰ ਰਹੀ ਹੈ ਜੀ ਦੇਸ਼ ਭਰ ਦੇ ਪੇਚ ਪਾਰਟੀਆਂ ਦੇ ਐਮਏਐਲਏ ਨੂੰ ਤੋੜ ਰਹੀ ਹੈ ਜੀ ਕਾਂਗਰਸ ਅਤੇ ਹੋਰ ਪਾਰਟੀਆਂ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏਜ਼ ਵੱਲ ਰੁਕ ਕੀਤਾ ਤੇ ਆਪਰੇਸ਼ਨ ਲੋਡਸ ਦੇ ਤਹਿਤ ਪੰਜਾਬ ਵਿੱਚ ਸਰਕਾਰ ਡੇਗਣ ਦੀ ਕੋਸ਼ਿਸ਼ ਵਿੱਚ ਲੱਗੀ ਬੀਜੇਪੀ ਆਪਣੀਆਂ ਪੂਜੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ ਉਹਨਾਂ ਨੇ ਕਿਹਾ ਜੀ 25 ਕਰੋੜ ਤੋਂ ਲੈ ਕੇ 75 ਕਰੋੜ ਰੁਪਏ ਤੱਕ ਦੀ ਆਫਰ 10 ਵਿਧਾਇਕਾਂ ਤੱਕ ਅਪਰੋਚ ਕੀਤੀ ਹੈ ਬਾਜਪਾ ਨੇ 1375 ਕਰੋੜ ਰੁਪਏ ਦੀ ਰਾਸ਼ੀ ਰੱਖੀ ਹੈ ਬਾਜਪਾ ਨੇ ਦਿੱਤੀ ਨਾਮ ਅਤੇ ਫੋਨ ਨੰਬਰ ਦੱਸਣ ਦੀ ਚੁਣੌਤੀ ਇਸ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਲੱਗਾ ਹਾਈ ਕੋਰਟ ਤੋਂ ਵੱਡਾ ਚੜਗਾਸ ਹੋ ਹਾਈ ਕੋਰਟ ਨੇ ਕਰਕਰ ਆਟਾ ਦਾਲ ਸਕੀਮ ਤੇ ਰੋਕ ਲਾ ਦਿੱਤੀ ਹੈ ਪੀਐਮ મોદી ਨੇ ਚੀਨ ਨੂੰ 1000 ਵਰ ਕਿਲੋਮੀਟਰ ਦਿੱਤੀ ਜ਼ਮੀਨ ਰਾਹੁਲ ਗਾਂਧੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਪੀਐਮ મોદી ਤੇ ਹਮਲਾ ਬੋਲਿਆ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਚੀਨ ਨੇ April 2020 ਚੂ ਸਥਿਤੀ ਨੂੰ ਬਹਾਲ ਕਰਨ ਲਈ ਭਾਰਤ ਦੀ ਮੰਗ ਨੂੰ ਮਨਨ ਤੋਂ ਇਨਕਾਰ ਕਰ ਦਿੱਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਨਾਂ ਕਿਸੇ ਲੜਾਈ ਦੇ ਚੀਨ ਨੂੰ 1000 ਵਰਗ ਕਿਲੋਮੀਟਰ ਜ਼ਮੀਨ ਦਿੱਤੀ ਅਤੇ ਭਾਰਤ ਸਰਕਾਰ ਦਾਅਵਾ ਕਰ ਸਕਦੀ ਕਿ ਇਸ ਖੇਤਰ ਨੂੰ ਮੁੜ ਕਿਵੇਂ ਹਾਸਲ ਕੀਤਾ ਜਾਵੇਗਾ ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਚੀਨ April 2020 ਤੱਕ ਜਿਉਂ ਦੀ ਤਿਉਂ ਸਥਿਤੀ ਬਹਾਲ ਕਰਨ ਦੀ ਭਾਰਤ ਦੀ ਮੰਗ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਨਾਂ ਲੜੇ 1000 ਵਰਗ ਕਿਲੋਮੀਟਰ ਉਹਨਾਂ ਨੂੰ ਦੇ ਦਿੱਤਾ ਜੀ ਉਹਨਾਂ ਨੇ ਕਿਹਾ ਕਿ ਹੁਣ ਉਹ ਵਾਪਸ ਨਹੀਂ ਮਿਲਣਾ ਕਣਕ ਦੀਆਂ 3 ਕਿਸਮਾਂ ਸਭ ਤੋਂ ਵਧੀਆ ਇੱਕ ਸੂਬਦਨਾ ਚ ਦੇਣਗੀਆਂ 82.1 ਕੁਆਂਟਲ ਚਾਰ ਹਾੜੀ ਦੀਆਂ ਫਸਲਾਂ ਵੀ ਬਜਾਈ ਉੱਤਰੀ ਭਾਰਤ ਵਿੱਚ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਦੌਰਾਨ ਕੀਤੀ ਜਾਂਦੀ ਆ ਹੁਣ ਸ਼ੁਰੂ ਹੋਣ ਵਾਲੀ ਆ ਜੇਕਰ ਹਾੜੀ ਦੇ ਸੀਜ਼ਨ ਦੀ ਮੁੱਖ ਫਸਲ ਦੀ ਗੱਲ ਕਰੀਏ ਤਾਂ ਦੇਸ਼ ਭਰ ਦੇ ਕਿਸਾਨ ਕਣਕ ਦੇ ਖੇਤਰ ਕਰਦੇ ਕਣਕ ਦੀ ਖੇਤੀ ਕਰਦੇ ਨੇ ਉਹਨਾਂ ਨੂੰ ਸੁਧਰੀਆਂ ਕਿਸਮਾਂ ਦੀ ਲੋੜ ਹੈ ਤੁਹਾਨੂੰ ਕਣਕ ਦੀਆਂ ਤਿੰਨ ਨਵੀਨਤਮ ਕਿਸਮਾਂ ਦੇ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੀ ਜੋ ਤੁਹਾਨੂੰ ਬੰਪਰ ਝਾੜ ਦੇ ਸਕਦੀਆਂ ਨੇ ਜ਼ਿਆਦਾ ਜਾਣਕਾਰੀ ਲਈ ਚੈਨਲ ਤੇ ਪਾਈ ਹੋਈ ਵੀਡੀਓ ਦੇਖ ਸਕਦੇ ਹੋ ਜੀ ਕਰਨ ਨਰਿੰਦਰ ਪਹਿਲੀ ਹੈ ਕਰਨ ਮੰਦਰਾ ਦੂਜੀ ਅਤੇ ਕਰਨ ਸ਼ਰੀਆ ਤੀਜੀ ਹੈ ਸਿੱਧੂ ਮੂਸੇਵਾਲਾ ਦੇ ਮਾਤਾ ਨੇ ਪੰਡਤ ਰਾਉਤ ਨੇਰਵਰ ਤੇ ਕੱਢਿਆ ਗੁੱਸਾ ਸਿੱਧੂ ਮੂਸੇਵਾਲਾ ਪਰਿਵਾਰ ਨਾਲ ਸੰਬੰਧਿਤ ਐਤਵਾਰ ਨੂੰ ਦੁੱਖ ਸਾਂਝਾ ਕਰਨ ਲਈ ਪੁੱਜੇ ਇਸ ਦੌਰਾਨ ਮਾਤਾ ਚਰਨਕੌਰ ਪੰਡਤ ਰਾਉਤ ਤਰਨੇਰਵਰ ਤੇ ਵਰ ਦੇ ਨਜ਼ਰਾ ਇਸ ਦੌਰਾਨ ਲੋਕ ਮਿਲਣੇ ਦੌਰਾਨ ਮੂਸੇਵਾਲਾ ਦੇ ਇੱਕ ਛੋਟੇ ਜਿਹੇ ਬੱਚ ਨੇ 295 ਗੀਤ ਗਾਇਆ ਕਿ ਹੋਇਆ ਕਿ ਜਿਹੜੇ ਦਰਵਾਜ਼ੇ ਅੱਗੇ ਬੋਰਡ ਚੱਕੀ ਖੜੇ ਨੇ ਚੰਗੀ ਤਰ੍ਹਾਂ ਜਾਣਦਾ ਮੈਂ ਕੌਣ ਕਸ ਤੋਂ ਸਿੱਧੂ ਮੂਸੇਵਾਲਾ ਦੀ ਮਾਂ ਇਤਨ ਬੱਚੇ ਕੋਲੇ ਕਿਹਾ ਕਿ ਪੰਡਤ ਰਾਉਤ ਨਿਰਵਰ ਤੇ ਗੁੱਸਾ ਜ਼ਾਹਰ ਕਰਨ ਲੱਗਿਆ ਉਹਨਾਂ ਨੇ ਕਿਹਾ ਜੀ ਇੱਕ ਬੋਰਡ ਤੋਂ ਯਾਦ ਆਇਆ ਕਿ ਪੰਡਤ ਰਾਉ ਜੀ ਹੁਣ ਕਿਤੇ ਨਹੀਂ ਮਿਲੇ ਉਹ ਬੋਰਡ ਤੀਜੇ ਦਿਨ ਖੜ ਜਾਂਦਾ ਸੀ ਸਿੱਧੂ ਦੇ ਆਲੋਚਨਾ ਕਰਨ ਕਿਸੇ ਨੇ ਲਾਇਆ ਸੀ ਉਸ ਨੂੰ ਸਿੱਧੂ ਮਗਰ ਸਾਰੇ ਜਾਣਦੇ ਨੇ 10ਵੀਂ 12ਵੀਂ ਸ਼੍ਰੇਣੀ ਦੀ ਅਨੁਪੂਰਕ ਪ੍ਰੀਖਿਆ ਲਈ ਨਿਰਧਾਰਤ ਪ੍ਰੀਖਿਆ ਕੇਂਦਰਾਂ ਦੇ ਨੇੜੇ 100 ਮੀਟਰ ਦੇ ਘੇਰੇ ਦੇ ਵਿੱਚ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਨੇ ਰਾਸ਼ਨ ਕਾਰਡਾਂ ਦੀ ਪੜਤਾਲ ਮੌਕੇ ਪੰਜਾਬ ਸਰਕਾਰ ਦੀਆਂ ਸ਼ਰਤਾਂ ਨੂੰ ਧਿਆਨ ਵਿੱਚ ਰੱਖਣ ਪੜਤਾਲੀਆਂ ਕਮੇਟੀਆਂ ਡੀਸੀ ਗਰਦਾਸਪੁਰ ਦਾ ਵੱਡਾ ਬਿਆਨ ਹੈ ਆਟਾ ਦਾਲ ਸਕੀਮ ਨੂੰ ਲੈ ਕੇ ਵੱਡੀ ਅਪਡੇਟ ਆਯੋਗ ਵਿਅਕਤੀਆਂ ਦੇ ਕੱਟੇ ਜਾਣਗੇ ਨਾ ਉਹਨਾਂ ਨੂੰ ਨਹੀਂ ਮਿਲੇਗਾ ਸਕੀਮ ਦਾ ਲਾਭ ਸੋ 1 ਅਕਤੂਬਰ ਤੋਂ ਹੁਣ ਜਾਰੀ ਹੈ ਜੀ ਇਸ ਸਕੀਮ ਦੇ ਤਹਿਤ ਤਕਰਕਰ ਰਾਸ਼ਨ ਪਹੁੰਚਾਇਆ ਜਾਵੇਗਾ ਨੀਲੇ ਕਾਰਡਾਂ ਦੀ ਵੈਰੀਫਿਕੇਸ਼ਨ ਦਾ ਸਮਾਂ 30 ਸਤੰਬਰ ਤੱਕ ਕਰ ਦਿੱਤਾ ਗਿਆ ਜੀ ਕੁਝ ਵੈਰੀਫਿਕੇਸ਼ਨ ਫਾਰਮ ਹਜੇ ਤੱਕ ਜ਼ਿਲ੍ਹਾ ਹੈੱਡਕੁਆਟਰ ਨਹੀਂ ਪੁੱਜੇ ਹੁਣ ਵੱਡਾ ਖਲਾਸਾ ਸਾਹਮਣੇ ਆਇਆ ਕਈ ਲੋਕਾਂ ਨੇ ਜਾਂਚ ਦੇ ਹੁਕਮਾਂ ਦਾ ਪਤਾ ਚਲਦਿਆਂ ਨੀਲੇ ਕਾਰਡਾਂ ਤੋਂ ਆਪਣੇ ਨਾਂ ਹਟਵਾਉਣੇ ਸ਼ੁਰੂ ਕਰ ਦਿੱਤੇ ਨੇ ਪਟਿਆਲਾ ਤੋਂ ਆਪ ਦਾ ਇੱਕ ਪਠਾਨ ਮਾਜਰਾ ਤੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਭੇਜਿਆ ਨੋਟਿਸ ਅਗਨੀਵੀਰ ਭਾਰਤ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਸਖਤ ਹੁਕਮ ਬਾਬੂ ਅਮਿਤ ਸ਼ਾਹ ਜੀ ਵੱਡਾ ਨੁਕਸਾਨ ਕਰਨਗੇ 10 ਐਮਐਲਸ ਨੂੰ ਧਮਕੀ ਦੀ ਸ਼ਿਕਾਇਤ ਲੈ ਕੇ ਆਪ ਐਮਐਲਏ ਪੁਜੀ ਡੀਜੀਪੀ ਦੇ ਕੋਲੇ ਰਾਸ਼ਟਰਪਤੀ ਦਰੋਪਦੀ ਮਰਮੂ ਜਾਣ ਕੇ ਲੰਡਨ ਬ੍ਰਿਟੇਨ ਦੀ ਮਹਾਰਾਣੀ ਦੇ ਅੰਤਮ ਸੰਸਕਾਰ ਦੇ ਵਿੱਚ ਹੋਣਗੇ 5 ਤੋਂ 12 ਤੋਂ 17 ਤੋਂ 19 ਸਤੰਬਰ ਤੱਕ ਲੰਡਨ ਯੂਨਾਈਟਿਡ ਕਿੰਗਡਮ ਦਾ ਦੌਰਾ ਕਰਨਗੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਸੋ 8 ਸਤੰਬਰ ਨੂੰ ਮਹਾਰਾਣੀ ਐਲਜ਼ਾਬੈਥ ਦੀ ਮੌਤ ਹੋਈ ਸੀ 96 ਸਾਲ ਦੀ ਉਮਰ ਦੇ ਵਿੱਚ 8 ਸਤੰਬਰ ਨੂੰ ਸਕਾਟਲੈਂਡ ਦੇ ਬਾਲ ਮੋਰਲ ਕੈਸਲ ਦੀ ਰਹਿਸ਼ਤ ਵਿੱਚ ਉਹਨਾਂ ਦੀ ਮੌਤ ਹੋਈ ਸੀ ਲੋਕਾਂ ਦੀ ਰਪਲਾਈ ਨੂੰ ਲੈ ਕੇ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਸੀ ਤੇ ਵਿਦੇਸ਼ ਮੰਤਰੀ ਨੇ ਰਾਸ਼ਟਰੀ ਸ਼ੋਭ ਪੁਸਤਕ ਤੇ ਵੀ ਸਾਈਨ ਕੀਤੇ ਨੇ ਚੰਡੀਗੜ੍ਹ ਦੇ ਵਿੱਚ ਅਗਲੇ 3 ਦਿਨ ਲਗਾਤਾਰ ਹੋਵੇਗੀ بارش ਪੰਜਾਬ ਅਤੇ ਹਰਿਆਣਾ ਦੇ ਵਿੱਚ ਮੌਸਮ ਕਿਹੋ ਜਿਹਾ ਰਹੇਗਾ 10 ਦਿਨ ਤੁਹਾਨੂੰ ਅਗਲੀ ਖਬਰ ਦੇ ਵਿੱਚ ਸੁਖਬੀਰ ਬਾਦਲ ਨੇ ਪੀਐਮ ਮੋਦੀ ਤੋਂ ਇੰਡੀਆ ਗੇਟ ਤੱਕ ਸ਼ਹੀਦ ਭਗਤ ਸਿੰਘ ਤਰਾਜ